ਪਰਿਵਾਰ ਕਿਹੜਾ ਪਿੰਡ ਆ? ਜਗਸੀਰ ਖਾਨ ਜੀ, ਪਿੰਡ ਖੋਖਰ ਕਲਾਂ। ਜਗਸੀਰ ਜੀ, ਤੁਹਾਡੇ ਪਿਤਾ ਦੀ ਮੌਤ ਹੋਈ ਹੈ, ਕੀ ਕਾਰਨ ਹੈ? ਪਿਤਾ ਦੀ ਮੌਤ ਜੀ ਆਪਣਾ ਸਾਡੀ ਕੰਧ ਦਾ ਰੌਲਾ ਸੀ ਕਰਮਜੀਤ ਨਾਲ ਜੀ। ਮੇਰੇ ਪਿਤਾ ਦੇ ਉਹਨੇ ਗੜਾਸਾ ਮਾਰਿਆ, ਕੰਧ ਦੇ ਸੀਰ ਦੇ ਸੀ ਥਾਂ ਦੇ 10,000 ਰੁਪਇਆ ਮੰਗਦੇ ਸੀ। ਉਹਨੇ ਗੜਾਸਾ ਮਾਰਿਆ, ਫਿਰ ਅਸੀਂ ਜਦੋਂ ਗੜਾਸਾ ਮਾਰਿਆ ਅਸੀਂ ਲਹਿਰੇ ਉਹਨੂੰ ਹਸਪਤਾਲ 'ਚ ਦਾਖਲ ਕਰਿਆ। ਉਹਨਾਂ ਨੇ ਸੰਗਰੂਰ ਭੇਜਤਾ, ਸੰਗਰੂਰ ਉਹਦੀ ਰਾਤ ਨੂੰ ਕੱਲ੍ਹ 2:30 ਵਜੇ ਮੌਤ ਹੋ ਗਈ। ਕੀ ਅਸਲ 'ਚ ਮਾਮਲਾ ਕੀ ਸੀਗਾ? ਮਾਮਲਾ ਜੀ ਕੰਧ ਦਾ ਰੌਲਾ ਸੀ। ਕਿੰਨੇ ਟਾਈਮ ਦੇਣ ਲਿਆ ਉਹਨੂੰ? ਸਾਲ ਭਰ ਹੋ ਗਿਆ ਜੀ ਕੋਠੀ ਪਾਈ ਨੂੰ। ਉਦੋਂ ਦਾ ਉਹਨੇ ਕੰਧ ਕੱਟ ਲਈ ਸੀ, ਕਹਿੰਦਾ ਠਹਿਰ ਕੇ ਦਊਂਗਾ ਪਈ ਸੀ। ਕੋਈ ਪੁਰਾਣੀ ਰੰਜਿਸ਼ ਵੀ ਸੀ ਪਹਿਲਾਂ? ਨਾ, ਪੁਰਾਣੀ ਪੁਰਾਣੀ ਕੁਛ ਨਹੀਂ ਸੀ। ਤਾਂ ਹੁਣ ਕਿਵੇਂ ਦੇਖਦੇ ਹੋਗੇ? ਅਸੀਂ ਤਾਂ ਇਨਸਾਫ ਚਾਹੁੰਦੇ। ਠੀਕ ਹੈ, ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਵੱਲੋਂ ਕੀ? ਪੁਲਿਸ ਕਹਿੰਦੀ ਵੀ ਆਪਣਾ ਸਾਈਨ ਕਰਾਉਣਗੇ। ਤੁਹਾਡੇ ਪਿਤਾ ਦਾ ਕੀ ਨਾਮ ਸੀ? ਪਿਤਾ ਦਾ ਸੌਣ ਖਾਨ ਜੀ। ਠੀਕ ਹੈ, ਕਦੋਂ ਤੁਸੀਂ ਰੈਫਰ ਕਰਵਾਇਆ ਉਹਨਾਂ ਨੂੰ? ਉਹਨਾਂ ਨੂੰ ਕੱਲ੍ਹ ਕਰਾਇਆ ਸੀ ਜੀ, 5:30 6 ਦੇ ਤੱਕ। ਮੌਤ ਕਦੋਂ ਹੋਈ? 2:30 ਵਜੇ ਜੀ ਘਰ। ਹੁਣ ਕਿੱਥੇ ਲੈ ਕੇ ਆਏ? ਹੁਣ ਸਿਵਲ ਹਸਪਤਾਲ 'ਚ ਸੰਗਰੂਰ। ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਕਹਿੰਦੀ ਮੁਲਾਜ਼ਮ ਆਉਣਗੇ ਜੀ ਅਤੇ ਬਿਆਨ ਲੈ ਕੇ ਕਹਿੰਦੀ ਵੀ ਉੱਥੇ ਪਰਚਾ ਕਰ ਦਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੰਟਾ ਜੀ। ਜੰਟਾ ਸਿੰਘ, ਕਿਵੇਂ ਮਾਮਲਾ ਜਿਹੜਾ ਕੱਲ ਹੋਈ ਹੈ, ਡੈਥ ਹੋਈ ਹੈ, ਕਾਰਨ ਕੀ ਹੋਇਆ? ਮਾਮਲਾ ਜੀ ਹੈ ਵੀ ਕਦੋਂ ਮੰਨ ਲਓ ਅਸੀਂ ਇਹ ਥਾਂ ਮਿਣ ਕੇ ਛੱਡ ਕੇ ਗਏ ਸੌਂਗੇ ਨੂੰ। ਮਾਲਾ ਮਾਇਆ ਉਹਦੇ ਹੱਥੀ ਥਾਂ ਦਿੱਤਾ ਲੈ ਕੇ, ਇਹਦੇ ਨਾਲ ਕੰਧ ਨਾਲ ਥਾਂ ਛੱਡਿਆ ਹੋਇਆ। ਉਹ ਮਾਲਾ ਕੰਧ ਵੀ ਇਹ ਕਿਹੜੀ ਇਕੱਲੇ ਦੀ ਹੈ ਜੀ, ਉਹ ਵੀ ਲੈਣ ਦੇਣ ਕਿਸੇ ਦਾ। ਮੰਨ ਲਓ ਵੀ ਇਹ ਕਿਹੜਾ ਕਰਮਜੀਤ ਆ ਜੀ, ਪੁਲਿਸ ਮੁਲਾਜ਼ਮ, ਇਹ ਮਾਲਾ ਧੱਕਾ ਸਾਹੀ ਨਾਲ ਇਹਦੇ ਕੰਧ ਉੱਤੇ ਧਰੇ। ਕੱਲ੍ਹ ਮੰਨ ਲਓ ਕਿਹੜੀ ਗੱਲ ਹੋਈ ਹੈ ਇਹਨਾਂ ਦੀ? ਉਹ ਬੰਦੇ ਨੇ ਕੀ ਕਰਿਆ ਜੀ, ਆ ਕੇ ਇਹਦੇ ਗੜਾਸਾ ਮਾਰਿਆ ਧੌਣ 'ਚ, ਤਾਂ ਗੜਾਸੇ ਤੋਂ ਬਾਅਦ ਉਹਨੂੰ ਥੱਲੇ ਛਿੱਟ ਲਏ, ਥੱਲੇ ਛਿੱਟ ਕੇ ਲੱਤ ਦੇ ਲੱਤ ਧਰ ਕੇ ਢਿੱਡ ਦੇ ਉੱਪਰ ਅਤੇ ਧੌਣ ਮਰੋੜ ਦਿੱਤੀ। ਕੀ ਪੈਸੇ ਨਹੀਂ ਪੈਸੇ ਲੈਣੇ ਰਹਿੰਦੇ ਸੀ ਜਾਂ ਕੀ? ਨਹੀਂ, ਸਾਨੂੰ ਕੁਛ ਨਹੀਂ ਦਿੱਤਾ ਜੀ, ਕੋਈ ਮੰਨ ਲਾ ਕਿਹੜਾ ਸਾਡਾ ਥਾਂ ਪਿਆ ਜੀ, ਨਾਲ ਕੋਈ ਪੈਸੇ ਨਹੀਂ ਦਿੱਤਾ ਸਾਨੂੰ, ਕੋਈ ਇਹਨੇ ਕੰਧ ਅਸੀਂ ਨਹੀਂ ਦਿੱਤਾ ਸਾਨੂੰ। ਮੰਨ ਲਾ ਬੰਦਾ ਧੱਕਾ ਸਾਹੀ ਨਾਲ ਕੰਧ ਧਰੇ। ਕੌਣ ਹੈ ਬੰਦਾ ਇਹ? ਇਹ ਬੰਦਾ ਕਰਮਜੀਤ ਜੀ, ਮੁਲਾਜ਼ਮ ਹੈ। ਮੁਲਾਜ਼ਮ ਆ ਜੀ, ਪੁਲਿਸ ਮੁਲਾਜ਼ਮ ਆ, ਮੁੰਡਾ ਫੌਜੀ ਹੈ ਇਹਦਾ। ਅਤੇ ਆਹ ਗੱਲ ਹੋਈ ਹੈ ਜੀ ਕੱਲ੍ਹ ਇਹਨਾਂ ਦੀ। ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਤੁਸੀਂ? ਮੰਗ ਤਾਂ ਜੀ ਹੁਣ ਤੁਸੀਂ ਆਪ ਹੀ ਦੇਖ ਲਓ, ਹੁਣ ਬਈ ਕਦੋਂ ਬੰਦਾ ਧੱਕਾ ਸਾਹੀ ਨਾਲ ਇੰਨਾ ਅੱਜ ਆ ਕੇ ਸਾਨੂੰ ਮਾਰ ਰਿਹਾ, ਅੱਜ ਆ ਕੇ ਇੰਨਾ ਮਾਰ ਰਿਹਾ, ਅਤੇ ਦੇਖੋ ਹੁਣ ਕਾਹਦੀ ਮੰਗ ਹੋਈ ਸਾਡਾ ਸਮਾਜ ਮਿਲੇ ਮਿਲਣ। ਕਦੋਂ ਅੱਜ ਸਾਡੀ ਪੁਲਿਸ ਮੰਨ ਲਓ ਜਾਂ ਫੌਜੀ ਮੰਨ ਲਓ, ਕਦੋਂ ਸਾਡੇ ਘਰ ਦੇ ਵਿੱਚ ਹੀ ਆ ਕੇ ਇਸ ਤਰ੍ਹਾਂ ਇਸ ਕਰ ਸਕਦੇ? ਅਤੇ ਕੱਲ੍ਹ ਨੂੰ ਮੰਨ ਲਓ ਕੁਛ ਵੀ ਕਰ ਸਕਦੇ ਜੀ, ਫਿਰ ਇਕੱਲਾ ਜਵਾਕ ਆ ਸਾਡੇ ਕੱਲ੍ਹ ਮਗਰ ਵੀ। ਠੀਕ ਸਰ, ਜਿਹੜਾ ਖੋਖਰ ਕਲਾਂ ਵਿਖੇ ਕਤਲ ਹੋਇਆ ਸੀਗਾ, ਕੀ ਮਾਮਲਾ ਸੀ ਅਤੇ ਕਿਸ ਤਰ੍ਹਾਂ ਜਿਹੜਾ ਉਹਨੇ ਕਤਲ ਕੀਤਾ ਅਤੇ ਬੰਦਾ ਕਿੱਥੇ ਕੀਤਾ, ਸਾਰੀ ਜਾਣਕਾਰੀ? ਇਹ ਜੀ, ਗੁਆਂਢੀ ਨੇ ਆਪਸ ਦੇ ਵਿੱਚ ਮ੍ਰਿਤਕ ਸੋਨਾ ਖਾਨ ਅਤੇ ਜਿਹਨੇ ਜਿਹੜਾ ਦੋਸ਼ੀ ਹੈ ਕਰਮਜੀਤ, ਇਹ ਬਿਲਕੁਲ ਪੜੋਸੀ ਨੇ, ਇਹਨਾਂ ਦਾ ਇੱਕ ਕੰਧ ਸੀ ਸਾਂਝੀ, ਉਹ ਕੰਧ ਨੂੰ ਲੈ ਕੇ ਜਿਹੜੀ ਹੈਗੀ ਆ ਕਈ ਦਿਨਾਂ ਤੋਂ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਚੱਲਦਾ ਸੀ। ਪੰਚਾਇਤ ਨੇ ਨਿਬੇੜਨ ਦੀ ਕੋਸ਼ਿਸ਼ ਕੀਤੀ ਪਰੰਤੂ ਕੋਈ ਗੱਲ ਨਹੀਂ ਨਿਬੜੀ। ਕੱਲ੍ਹ ਈਵਨਿੰਗ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਹੋਇਆ, ਤਕਰਾਰ ਤੋਂ ਬਾਅਦ ਦੇ ਵਿੱਚ ਜਿਹੜਾ ਦੋਸ਼ੀ ਹੈ ਕਰਮਜੀਤ ਸਿੰਘ, ਇਹਦੇ ਤੋਂ ਇਹਦੇ ਸਿਰ ਦੇ ਵਿੱਚ ਇਹਨੇ ਜਿਹੜੀ ਹੈਗੀ ਹੈ ਪੁੱਠਾ ਗੰਡਾਸਾ ਮਾਰਿਆ। ਉਸ ਤੋਂ ਬਾਅਦ ਦੇ ਵਿੱਚ ਇਹਨੂੰ ਸੋਨਾ ਖਾਨ ਨੂੰ ਸਿਵਲ ਹਸਪਤਾਲ ਲਹਿਰਾ ਦਾਖਲ ਕਰਾਇਆ ਸੀ ਔਰ ਇਹਦੀ ਸਥਿਤੀ ਨੂੰ ਨਾਜ਼ੁਕ ਦੇਖਦੇ ਹੋਏ ਡਾਕਟਰ ਸਾਹਿਬ ਨੇ ਇਹਨੂੰ ਸੰਗਰੂਰ ਦਾ ਰੈਫਰ ਕਰਤਾ। ਸੰਗਰੂਰ ਸਿਵਲ ਹੋਸਪਿਟਲ 'ਚ ਰਾਤ ਇਹਦੀ ਡੈਥ ਹੋ ਗਈ ਸੀ। ਮੋਰਨਿੰਗ ਸਾਨੂੰ ਰੁਕਾ ਆ ਗਿਆ ਸੀ ਵੀ ਇਹਦੀ ਇਸ ਤਰ੍ਹਾਂ ਕਰਕੇ ਹੈਗਾ ਜਿਹੜਾ ਡੈਥ ਹੋਈ ਹੈ ਔਰ ਅਸੀਂ ਮੌਕੇ 'ਤੇ ਜਾ ਕੇ, ਮੈਂ ਪੁਲਿਸ ਪਾਰਟੀ ਲੈ ਕੇ ਜਾ ਕੇ ਵੈਰੀਫਾਈ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਅਸੀਂ FIR ਜਿਹੜੀ ਦਰਜ ਰਜਿਸਟਰ ਕੀਤੀ ਹੈ, FIR ਨੰਬਰ 219 ਡੇਟਡ 1/12/2022 ਅੰਡਰ ਸੈਕਸ਼ਨ 302 IPC ਬਰਖਿਲਾਫ਼ ਹੈਗੀ ਹੈ ਕਰਮਜੀਤ ਸਿੰਘ, ਇਹਦਾ ਜਿਹੜਾ ਸੋਨਾ ਖਾਂ ਦਾ ਲੜਕਾ ਹੈ ਜਗਸੀਰ ਖਾਂ, ਉਹਦੇ ਬਿਆਨ 'ਤੇ ਅਸੀਂ FIR ਦਰਜ ਰਜਿਸਟਰ ਕੀਤੀ ਹੈ ਅਤੇ ਦੋਸ਼ੀ ਨੂੰ ਅਸੀਂ ਰਾਊਂਡ ਅਪ ਕਰ ਲਿਆ। ਸਰ, ਇਹ ਮਾਮਲਾ ਕੋਈ 10,000 ਦਾ ਵੀ ਹੈਗਾ, ਕਿਉਂਕਿ ਦੀਵਾਰ ਦਾ ਉਹ ਕਹਿੰਦਾ ਵੀ 10,000 ਮੈਂ ਲੈਣਾ ਸੀਗਾ ਉਸ? ਹਾਂਜੀ, ਇਹ ਪੰਚਾਇਤ ਨੇ ਸਮਝੌਤਾ ਕਰਾਇਆ ਸੀਗਾ ਵੀ ਸੋਨਾ ਖਾਂ ਨੂੰ ਜਿਹੜਾ ਕੰਧ ਦਾ ਜਿਹੜਾ ਇਹਨਾਂ ਦਾ ਹੈਗਾ ਸੀ ਰੌਲਾ ਵੀ ਇਹਦਾ 10,000 ਰੁਪਈਆ ਪੇ ਕਰੂਗਾ ਕਰਮਜੀਤ ਸਿੰਘ ਔਰ ਉਹ ਕਈ ਦਿਨ ਇਹਨਾਂ ਦਾ ਚੱਲਦਾ ਰਿਹਾ, ਇਹਨੇ ਪੇ ਨਹੀਂ ਕੀਤਾ, ਉਸ ਤੋਂ ਲੈ ਕੇ ਇਹਨਾਂ ਦੀ ਤਕਰਾਰ ਬਾਰੀ ਜੀ ਵੱਧ ਗਈ ਜੀ। ਠੀਕ ਹੈ, ਥੈਂਕ ਯੂ।